ਇਹ ਮੇਰੀ ਗੱਲ ਉਹੀ ਸਮਝ ਸਕਦੇ ਜਿਹੜੇ 1990 ਤੋਂ ਪਹਿਲਾਂ ਦੇ ਜੰਮੇ ਆ ਨਾ। ਜਿੰਨੀ ਤਬਦੀਲੀ ਇਸ ਦੁਨੀਆ ਦੇ ਵਿੱਚ ਅਸੀਂ ਦੇਖੀ ਆ, ਮੈਨੂੰ ਨਹੀਂ ਲੱਗਦਾ ਸਾਡੇ ਤੋਂ ਬਾਅਦ ਕੋਈ ਹੋਰ ਪੀੜ੍ਹੀ ਇਹ ਦੇਖੂਗੀ। ਅਸੀਂ ਉਹ ਪੀੜ੍ਹੀ ਹਾਂ ਜਿਨ੍ਹਾਂ ਨੇ ਬੇਰੰਗ ਚਿੱਠੀਆਂ ਤੋਂ ਲੈ ਕੇ ਲਾਈਵ ਚੈਟਿੰਗ ਤੱਕ ਹੁੰਦੀ ਦੇਖੀ ਆ। ਅਸੀਂ ਉਹ ਪੀੜ੍ਹੀ ਹਾਂ ਜਿਨ੍ਹਾਂ ਨੇ ਸਾਈਕਲ ਸਿੱਖਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਸੀ, ਪਹਿਲਾਂ ਕੈਂਚੀ ਫਿਰ ਡੰਡੇ ਉੱਪਰ ਦੀ ਫਿਰ ਕਾਠੀ, ਕਾਰ 'ਚ ਬਹਿਣਾ ਤਾਂ ਬਹੁਤ ਦੂਰ ਦੀ ਗੱਲ ਸੀ। ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਇੱਕ ਪੱਖੇ ਮੋਹਰੇ ਵਿਹੜੇ 'ਚ ਸੱਤ ਸੱਤ ਮੰਜੇ ਡਾ ਕੇ ਸੌਣ ਤੋਂ ਲੈ ਕੇ ਅੱਜ ਏਸੀ ਤੱਕ ਦਾ ਨਜ਼ਾਰਾ ਵੀ ਦੇਖਿਆ। ਅਸੀਂ ਉਹੀ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਪਹਿਲਾਂ ਸਕੂਲ ਅਤੇ ਫਿਰ ਘਰ ਆ ਕੇ ਦੱਸਣ ਅਤੇ ਸ਼ਿਕਾਇਤ ਕਰਨ ਅਤੇ ਘਰਦਿਆਂ ਤੋਂ ਵੀ ਕੁੱਟ ਖਾਧੀ ਆ। ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਗੁਆਂਢੀਆਂ ਦੇ ਘਰ ਜਾ ਕੇ ਟੀਵੀ ਦੇਖਿਆ ਅਤੇ ਹੁਣ ਘਰ 'ਚ LCD ਵੀ ਖੂੰਜਿਆਂ 'ਚ ਪਏ ਆ। ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਹੜੇ ਕੋਠਿਆਂ 'ਤੇ ਚੜ੍ਹ ਕੇ ਐਂਟੀਨੇ ਸੈੱਟ ਕਰਦੇ ਹੁੰਦੇ ਸੀ, ਸਾਰੀ ਗਲੀ 'ਚ ਰੌਲਾ ਪਾਉਂਦੇ ਹੁੰਦੇ ਸੀਗੇ, ਅਤੇ ਅੱਜ ਤੁਸੀਂ ਦੇਖ ਲਓ ਲੱਖਾਂ ਚੈਨਲ ਵੀ ਚੱਲਦੇ ਆ, ਦੇਖਣ ਨੂੰ ਦਿਲ ਨਹੀਂ ਕਰਦਾ।